ਪੰਜਾਬੀ ਮਾਂ ਆਨਲਾਈਨ ਪੱਤਰਿਕਾ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਹੀ ਜ਼ਿਆਦਾ ਸਵਾਗਤ ਹੈ। ਅਪ੍ਰੈਲ 2010 ਦੇ ਵਿੱਚ ਅਸੀਂ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਸੀ ਅਤੇ ਅੱਜ ਮਾਰਚ 2013 ਇਸ ਨੂੰ ਚੱਲਦੇ ਹੋਏ ਪੂਰੇ 3 ਸਾਲ ਹੋ ਗਏ ਨੇ ਅਤੇ ਅਸੀਂ ਸਾਰੇ ਹੀ ਪਾਠਕਾਂ ਅਤੇ ਲੇਖਕਾਂ ਦੇ ਤਹਿ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਦੇ ਸਹਿਯੋਗ ਨਾਲ ਇਹ ਪੱਤਰਿਕਾ ਅੱਜ ਵੀ ਚੱਲ ਰਹੀ ਹੈ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਚੱਲਦੀ ਰਹੇਗੀ। ਪਾਠਕਾਂ ਦੀ ਦਿਲਚਸਪੀ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਵੈਬਸਾਈਟ ਦੇ ਵਿੱਚ ਕੁਝ ਤਬਦੀਲੀਆਂ ਕੀਤੀਆਂ ਹਨ ਤਾਂ ਕਿ ਉਹ ਜ਼ਿਆਦਾ ਤੋਂ ਜ਼ਿਆਦਾ ਰਚਨਾਵਾਂ ਪੜ੍ਹ ਸਕਣ ਜਾਂ ਕਿਸੇ ਲਿਖਾਰੀ ਵਿਸ਼ੇਸ਼ ਦੀਆਂ ਰਚਨਾਵਾਂ ਪੜ੍ਹ ਸਕਣ। ਤਾਂ ਅਸੀਂ ਇਸ ਛੋਟੇ ਜਿਹੇ ਚਲਚਿੱਤਰ ਦੇ ਥਰੂ ਤੁਹਾਨੂੰ ਉਹਨਾਂ ਜਾਣਕਾਰੀਆਂ ਬਾਰੇ ਸੰਖੇਪ ਜਾਣਕਾਰੀ ਦੇਣੀ ਚਾਹੁੰਦੇ ਹਾਂ ਅਤੇ ਇਸ ਦੇ ਨਾਲ ਹੀ ਜੇ ਕੋਈ ਪਾਠਕ ਪਹਿਲੀ ਵਾਰ ਇਸ ਵੈਬਸਾਈਟ 'ਤੇ ਆਇਆ ਹੈ ਤਾਂ ਥੋੜ੍ਹੀ ਜਿਹੀ ਜਾਣਕਾਰੀ ਅਸੀਂ ਇਸ ਵੈਬਸਾਈਟ ਬਾਰੇ ਵੀ ਇਸ ਵੀਡੀਓ ਦੇ ਵਿੱਚ ਦੇਵਾਂਗੇ। ਪੰਜਾਬੀ ਮਾਂ ਪੱਤਰਿਕਾ ਨੂੰ ਪੜ੍ਹਨ ਦੇ ਲਈ ਤੁਸੀਂ ਇੰਟਰਨੈਟ ਦੇ ਉੱਪਰ ਸਕਰੀਨ 'ਤੇ ਦਿੱਤਾ ਹੋਇਆ ਵੈਬ ਐਡਰੈਸ punjabimaan.com ਟਾਈਪ ਕਰਕੇ ਇਸ ਮੈਗਜ਼ੀਨ ਨੂੰ ਪੜ੍ਹ ਸਕਦੇ ਹੋ। ਤਾਂ ਸਭ ਤੋਂ ਪਹਿਲਾਂ ਅਸੀਂ ਮੈਗਜ਼ੀਨ ਦੇ ਬਾਰੇ ਥੋੜ੍ਹੀ ਜਾਣਕਾਰੀ ਦੇਵਾਂਗੇ। ਮੈਗਜ਼ੀਨ ਨੂੰ ਖੋਲ੍ਹਣ ਤੋਂ ਬਾਅਦ ਮੁੱਖ ਪੰਨੇ 'ਤੇ ਜੋ ਵੀ ਮੌਜੂਦਾ ਅੰਕ ਹੁਣ ਮਾਰਚ 2013 ਚੱਲ ਰਹੀ ਹੈ ਜੋ ਵੀ ਮੌਜੂਦਾ ਅੰਕ ਪ੍ਰਕਾਸ਼ਿਤ ਹੋਇਆ ਹੋਏਗਾ ਉਸ ਦੀਆਂ ਸਾਰੀਆਂ ਰਚਨਾਵਾਂ ਤੁਸੀਂ ਮੁੱਖ ਪੰਨੇ 'ਤੇ ਦੇਖ ਸਕਦੇ ਹੋ। ਸਾਰੀਆਂ ਰਚਨਾਵਾਂ ਤਰਤੀਬਵਾਰ ਲਗਾਈਆਂ ਜਾਂਦੀਆਂ ਹਨ, ਕਹਾਣੀਆਂ, ਲੜੀਵਾਰ, ਲੇਖ, ਸਭ ਰੰਗ ਜਾਂ ਕਵਿਤਾਵਾਂ। ਕਿਸੇ ਵੀ ਰਚਨਾ ਨੂੰ ਪੜ੍ਹਨ ਦੇ ਲਈ ਤੁਸੀਂ ਉਸ ਰਚਨਾ ਦੇ ਉੱਪਰ ਕਲਿੱਕ ਕਰ ਸਕਦੇ ਹੋ। ਇਸ ਤੋਂ ਬਾਅਦ ਜਿਸ ਰਚਨਾ 'ਤੇ ਤੁਸੀਂ ਕਲਿੱਕ ਕੀਤਾ ਹੈ ਉਹ ਰਚਨਾ ਦਾ ਪੇਜ ਤੁਹਾਡੇ ਸਾਹਮਣੇ ਖੁੱਲ੍ਹ ਜਾਵੇਗਾ। ਸਭ ਤੋਂ ਪਹਿਲਾਂ ਲਿਖਾਰੀ ਬਾਰੇ ਜਾਣਕਾਰੀ ਇੱਕ ਵਿਜ਼ਿਟਿੰਗ ਕਾਰਡ ਦੇ ਰੂਪ ਵਿੱਚ ਅਤੇ ਇੱਕ ਛੋਟੇ ਜਿਹੇ ਡੱਬੇ ਦੇ ਵਿੱਚ ਤੁਹਾਡੇ ਸਾਹਮਣੇ ਪੇਸ਼ ਹੋ ਜਾਵੇਗੀ ਜਿਸ 'ਤੇ ਤੁਸੀਂ ਲਿਖਾਰੀ ਦਾ ਈਮੇਲ ਆਈਡੀ, ਫੋਨ ਨੰਬਰ ਅਤੇ ਐਡਰੈਸ ਦੇਖ ਸਕਦੇ ਹੋ। ਅਤੇ ਰਚਨਾ ਨੂੰ ਪੜ੍ਹਨ ਤੋਂ ਬਾਅਦ ਜੇ ਤੁਸੀਂ ਕੋਈ ਕਮੈਂਟ ਦੇਣਾ ਚਾਹੁੰਦੇ ਹੋ ਤਾਂ ਨੀਚੇ ਫੇਸਬੁੱਕ ਦੇ ਜ਼ਰੀਏ ਨਾਲ ਤੁਸੀਂ ਉਹ ਕਮੈਂਟ ਦੇ ਸਕਦੇ ਹੋ। ਜਦ ਇਸ ਰਚਨਾ ਨੂੰ ਪੜ੍ਹਨ ਤੋਂ ਬਾਅਦ ਤੁਸੀਂ ਅਗਲੀ ਰਚਨਾ ਪੜ੍ਹਨੀ ਚਾਹੁੰਦੇ ਹੋ ਚਾਹੇ ਤਾਂ ਤੁਸੀਂ ਮੁੱਖ ਪੰਨੇ 'ਤੇ ਕਲਿੱਕ ਕਰਕੇ ਸ਼ੁਰੂਆਤ ਵਾਲੇ ਪੇਜ ਵਿੱਚ ਜਾ ਸਕਦੇ ਹੋ ਜਾਂ ਤੁਹਾਡੀ ਸੁਵਿਧਾ ਦੇ ਲਈ ਮੌਜੂਦਾ ਅੰਕ ਦਾ ਤਤਕਰਾ ਖੱਬੇ ਪਾਸੇ ਦਿਖਾਇਆ ਜਾਵੇਗਾ ਜਿਸ ਵਿੱਚ ਤੁਸੀਂ ਕਿਸੇ ਵੀ ਨਵੀਂ ਰਚਨਾ 'ਤੇ ਕਲਿੱਕ ਕਰਕੇ ਉਹ ਵਾਲੀ ਰਚਨਾ ਪੜ੍ਹ ਸਕਦੇ ਹੋ। ਤਾਂ ਇਸੇ ਤਰ੍ਹਾਂ ਜਦ ਤੁਸੀਂ ਕਿਸੇ ਨਵੀਂ ਰਚਨਾ 'ਤੇ ਕਲਿੱਕ ਕਰੋਗੇ ਤਾਂ ਉਹ ਵਾਲੀ ਰਚਨਾ ਸੱਜੇ ਪਾਸੇ ਖੁੱਲ੍ਹ ਜਾਵੇਗੀ ਜਿਸ ਵਿੱਚ ਲਿਖਾਰੀ ਦੀ ਜਾਣਕਾਰੀ ਉੱਪਰ, ਉਸ ਤੋਂ ਬਾਅਦ ਰਚਨਾ ਅਤੇ ਉਸ ਤੋਂ ਬਾਅਦ ਤੁਹਾਡੇ ਕਮੈਂਟ ਦੇਣ ਦੇ ਲਈ ਜਗ੍ਹਾ ਬਣੀ ਹੋਈ ਹੋਵੇਗੀ। ਇਹ ਇਸੇ ਤਰ੍ਹਾਂ ਮੌਜੂਦਾ ਅੰਕ ਪੜ੍ਹਨ ਤੋਂ ਬਾਅਦ ਜੇ ਤੁਸੀਂ ਕੁਝ ਹੋਰ ਕਹਾਣੀਆਂ, ਕਵਿਤਾਵਾਂ ਜਾਂ ਸਭ ਰੰਗ ਦੇ ਵਿੱਚੋਂ ਲੇਖ, ਵਿਅੰਗ, ਮੁਲਾਕਾਤ, ਪੁਸਤਕ ਪੜਚੋਲ ਜਾਂ ਕੋਈ ਵੀ ਲੜੀਵਾਰ ਪੜ੍ਹਨਾ ਚਾਹੁੰਦੇ ਹੋ ਤਾਂ ਤੁਸੀਂ ਕਿਸੇ ਵੀ ਟਾਈਮ ਉੱਪਰ ਦਿੱਤੇ ਗਏ ਮੈਨਿਊ ਦੇ ਵਿੱਚ ਕਿਸੇ ਵੀ ਆਪਸ਼ਨ 'ਤੇ ਕਲਿੱਕ ਕਰ ਸਕਦੇ ਹੋ। ਇਸ ਤੋਂ ਬਾਅਦ ਥੋੜ੍ਹੀ ਜਿਹੀ ਸੰਖੇਪ ਜਾਣਕਾਰੀ ਇਸ ਅੰਕ ਤੋਂ ਇਸ ਮੈਗਜ਼ੀਨ ਦੇ ਵਿੱਚ ਹੋਈਆਂ ਤਬਦੀਲੀਆਂ ਬਾਰੇ ਅਸੀਂ ਦੇਣੀ ਚਾਹੁੰਦੇ ਹਾਂ। ਪੁਰਾਣੇ ਅੰਕਾਂ ਨੂੰ ਹੁਣ ਤੁਸੀਂ ਵੈਬਸਾਈਟ ਦੇ ਵਿੱਚ ਪੜ੍ਹ ਸਕਦੇ ਹੋ। ਬਹੁਤ ਹੀ ਪਾਠਕਾਂ ਦੀ ਇਹ ਫਰਮਾਇਸ਼ ਸੀ ਕਿ ਅਸੀਂ ਲੜੀ ਜੋੜਨ ਦੇ ਲਈ ਪਿਛਲਾ ਅੰਕ ਪੜ੍ਹਨਾ ਚਾਹੁੰਦੇ ਹਾਂ ਜਾਂ ਕੁਛ ਅਸੀਂ ਜ਼ਿਆਦਾ ਕਹਾਣੀਆਂ ਪੜ੍ਹਨੀਆਂ ਚਾਹੁੰਦੇ ਹਾਂ ਤਾਂ ਤੁਸੀਂ ਉੱਪਰ ਦਿੱਤੇ ਮੈਨਿਊ ਦੇ ਵਿੱਚੋਂ ਪੁਰਾਣੇ ਅੰਕ ਦੇ ਉੱਪਰ ਕਲਿੱਕ ਕਰਨਾ ਹੈ। ਪੁਰਾਣੇ ਅੰਕ ਦੇ ਉੱਪਰ ਕਲਿੱਕ ਕਰਨ ਤੋਂ ਬਾਅਦ
ਖੱਬੇ ਪਾਸੇ ਤਤਕਰੇ ਦੇ ਰੂਪ ਵਿੱਚ ਹੁਣ ਤੱਕ ਜਿੰਨੇ ਵੀ ਪੰਜਾਬੀ ਮਾਂ ਦੇ ਆਨਲਾਈਨ ਮੈਗਜ਼ੀਨ ਛਪ ਚੁੱਕੇ ਹਨ ਉਹਨਾਂ ਦਾ ਇੱਕ ਤਤਕਰਾ ਬਣ ਕੇ ਤੁਹਾਡੇ ਸਾਹਮਣੇ ਪੇਸ਼ ਹੋ ਜਾਵੇਗਾ। ਜਿਸ ਤਰ੍ਹਾਂ ਹੁਣ ਮਾਰਚ 2013 ਚੱਲ ਰਿਹਾ ਹੈ ਤਾਂ ਪੁਰਾਣੇ ਅੰਕਾਂ ਤੋਂ ਲੈ ਕੇ ਹੁਣ ਤੱਕ ਦਾ ਜੋ ਵੀ ਨਵਾਂ ਅੰਕ ਹੈ ਉਹ ਤੁਹਾਨੂੰ ਇੱਥੇ ਨਜ਼ਰ ਆਵੇਗਾ। ਇੱਥੋਂ ਤੁਸੀਂ ਹੁਣ ਅਸੀਂ ਜਨਵਰੀ 2013 ਦਾ ਅੰਕ ਪੜ੍ਹਨਾ ਚਾਹੁੰਦੇ ਹਾਂ ਤਾਂ ਅਸੀਂ ਜਨਵਰੀ 2013 ਤੇ ਕਲਿੱਕ ਕਰਾਂਗੇ ਤਾਂ ਸੱਜੇ ਪਾਸੇ ਤੁਸੀਂ ਉਸ ਮਹੀਨੇ ਦੇ ਦੀਆਂ ਰਚਨਾਵਾਂ ਦਾ ਤਤਕਰਾ ਦੇਖ ਸਕਦੇ ਹੋ। ਜੇ ਮੈਂ ਨਵੰਬਰ 2012 ਪੜ੍ਹਨਾ ਚਾਹਾਂਗਾ ਤਾਂ ਸੱਜੇ ਪਾਸੇ ਨਵੰਬਰ 2012 ਦਾ ਤਤਕਰਾ ਸਾਡੇ ਸਾਹਮਣੇ ਪੇਸ਼ ਹੋ ਜਾਵੇਗਾ। ਇਸ ਤੋਂ ਬਾਅਦ ਤੁਸੀਂ ਉਸ ਅੰਕ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਉਸ ਅੰਕ ਨੂੰ ਪੜ੍ਹਨਾ ਸ਼ੁਰੂ ਕਰਨ ਦੇ ਲਈ ਤੁਸੀਂ ਉਸ ਵਿੱਚੋਂ ਕਿਸੇ ਵੀ ਰਚਨਾ ਦੇ ਉੱਪਰ ਕਲਿੱਕ ਕਰ ਸਕਦੇ ਹੋ। ਤਾਂ ਇਹ ਨਵੰਬਰ 2012 ਦੀ ਕਹਾਣੀ ਟੀ ਟਾਵਲ ਜੋ ਪ੍ਰਕਾਸ਼ਿਤ ਹੋਈ ਸੀ ਤੁਸੀਂ ਉਸਨੂੰ ਸੱਜੇ ਪਾਸੇ ਪੜ੍ਹ ਸਕਦੇ ਹੋ। ਉਸੇ ਤਰ੍ਹਾਂ ਲੇਖਕ ਦੀ ਜਾਣਕਾਰੀ ਅਤੇ ਨੀਚੇ ਤੁਸੀਂ ਕਮੈਂਟ ਦੇ ਸਕਦੇ ਹੋ। ਤਾਂ ਇਸ ਰਚਨਾ ਨੂੰ ਪੜ੍ਹਨ ਤੋਂ ਬਾਅਦ ਖੱਬੇ ਪਾਸੇ ਤੁਸੀਂ ਉਸ ਮਹੀਨੇ ਦਾ ਤਤਕਰਾ, ਉਸ ਮਹੀਨੇ ਦੀਆਂ ਸਾਰੀਆਂ ਰਚਨਾਵਾਂ ਦੇਖ ਸਕਦੇ ਹੋ ਅਤੇ ਉਸ ਤੋਂ ਅਗਲੀ ਰਚਨਾ ਪੜ੍ਹਨ ਦੇ ਲਈ ਤੁਸੀਂ ਕਿਸੇ ਵੀ ਰਚਨਾ ਦੇ ਟਾਈਟਲ ਤੇ ਕਲਿੱਕ ਕਰ ਸਕਦੇ ਹੋ। ਇਸ ਅੰਕ ਨੂੰ ਪੜ੍ਹਨ ਤੋਂ ਬਾਅਦ ਤੁਸੀਂ ਹੁਣ ਮੌਜੂਦਾ ਅੰਕ ਤੇ ਜਾਣਾ ਚਾਹੁੰਦੇ ਹੋ ਤਾਂ ਉੱਪਰ ਦਿੱਤੀ ਗਈ ਸੂਚਨਾ ਜੋ ਤੁਹਾਨੂੰ ਦੱਸਦੀ ਹੈ ਕਿ ਤੁਸੀਂ ਹੁਣ ਪੁਰਾਣਾ ਅੰਕ ਪੜ੍ਹ ਰਹੇ ਹੋ, ਤੁਸੀਂ ਮੌਜੂਦਾ ਅੰਕ ਦੇ ਵਿੱਚ ਜਾਣ ਲਈ ਇੱਥੇ ਕਲਿੱਕ ਕਰ ਸਕਦੇ ਹੋ। ਇੱਥੇ ਕਲਿੱਕ ਕਰਨ ਤੋਂ ਬਾਅਦ ਤੁਸੀਂ ਮੌਜੂਦਾ ਅੰਕ ਦੇ ਵਿੱਚ ਆ ਜਾਂਦੇ ਹੋ। ਲੇਖਕ, ਅਸੀਂ ਇਸ ਅੰਕ ਤੋਂ ਲੇਖਕ ਬਾਰੇ ਜ਼ਿਆਦਾ ਜਾਣਕਾਰੀ ਦੇਣ ਦਾ ਇੱਕ ਉਪਰਾਲਾ ਸ਼ੁਰੂ ਕੀਤਾ ਹੈ ਕਿਉਂਕਿ ਲੇਖਕ ਦੇ ਨਾਲ ਹੀ ਸਾਡੀ ਜੋ ਇਹ ਪੱਤਰਿਕਾ ਹੈ ਚੱਲ ਰਹੀ ਹੈ, ਲੇਖਕਾਂ ਦੇ ਸਹਿਯੋਗ ਦੇ ਨਾਲ ਹੀ ਸਾਰੀਆਂ ਰਚਨਾਵਾਂ ਆਉਂਦੀਆਂ ਹਨ, ਪਾਠਕ ਵੀ ਲੇਖਕਾਂ ਦੇ ਵਜੂਦ ਸਦਕਾ ਹੀ ਸਾਰੀਆਂ ਰਚਨਾਵਾਂ ਪੜ੍ਹਦੇ ਹਨ। ਤਾਂ ਲੇਖਕਾਂ ਬਾਰੇ ਜਾਣਕਾਰੀ ਲੈਣ ਦੇ ਲਈ ਰਚਨਾਕਾਰ ਮੈਨਿਊ ਦੇ ਵਿੱਚੋਂ ਜਾ ਕੇ ਤੁਸੀਂ ਲੇਖਕ ਦੇ ਉੱਪਰ ਕਲਿੱਕ ਕਰ ਸਕਦੇ ਹੋ। ਇਸ ਨੂੰ ਕਲਿੱਕ ਕਰਨ ਤੋਂ ਬਾਅਦ ਪੰਜਾਬੀ ਮਾਂ ਦੇ ਜਿੰਨੇ ਵੀ ਲਿਖਾਰੀ ਜਿਨ੍ਹਾਂ ਦੀਆਂ ਰਚਨਾਵਾਂ ਪੰਜਾਬੀ ਮਾਂ ਦੇ ਵਿੱਚ ਹੁਣ ਜਾਂ ਪਹਿਲਾਂ ਵਾਲੇ ਸਮੇਂ ਦੇ ਵਿੱਚ ਪ੍ਰਕਾਸ਼ਿਤ ਹੋਈਆਂ ਹਨ ਉਹਨਾਂ ਬਾਰੇ ਉਹਨਾਂ ਦੀ ਤਸਵੀਰ ਸਹਿਤ ਸਾਰੀ ਜਾਣਕਾਰੀ, ਉਹਨਾਂ ਦਾ ਈਮੇਲ ਆਈਡੀ, ਫੋਨ ਨੰਬਰ, ਐਡਰੈਸ ਜੋ ਵੀ ਸਾਡੇ ਕੋਲ ਉਪਲਬਧ ਹੋਵੇਗਾ ਤੁਸੀਂ ਇਸ ਪੰਨੇ ਤੇ ਆ ਕੇ ਦੇਖ ਸਕਦੇ ਹੋ। ਅਤੇ ਕਿਸੇ ਵੀ ਲਿਖਾਰੀ ਦੀਆਂ ਤੁਸੀਂ ਪੁਰਾਣੀਆਂ ਰਚਨਾਵਾਂ ਪੜ੍ਹਨੀਆਂ ਚਾਹੁੰਦੇ ਹੋ ਤਾਂ ਤੁਸੀਂ ਇਸ ਪੰਨੇ ਤੇ ਆ ਕੇ ਉਸ ਲਿਖਾਰੀ ਬਾਰੇ ਲਿਖਾਰੀ ਦੇ ਵਿਜ਼ਿਟਿੰਗ ਕਾਰਡ ਉੱਪਰ ਜਾ ਕੇ ਉਸ ਦੇ ਨੀਚੇ ਲਿਖਿਆ ਹੋਏਗਾ ਇਸ ਲਿਖਾਰੀ ਦੀਆਂ ਰਚਨਾਵਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ। ਜਿੱਦਾਂ ਕਿ ਅਸੀਂ ਸੁਰਜੀਤ ਸਿੰਘ ਕੌਂਕੇ ਜੀ ਦੇ ਵਿਜ਼ਿਟਿੰਗ ਕਾਰਡ ਦੇ ਉੱਪਰ ਹਾਂ, ਅਸੀਂ ਨੀਚੇ ਲਿਖਿਆ ਹੈ ਸੁਰਜੀਤ ਸਿੰਘ ਕੌਂਕੇ ਦੀਆਂ ਰਚਨਾਵਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ। ਅਸੀਂ ਉਸ ਉੱਪਰ ਕਲਿੱਕ ਕਰਾਂਗੇ ਤਾਂ ਅਸੀਂ ਇੱਕ ਲਿਖਾਰੀ, ਜਿਸ ਵੀ ਲਿਖਾਰੀ ਤੇ ਤੁਸੀਂ ਕਲਿੱਕ ਕੀਤਾ ਹੈ ਅਸੀਂ ਲਿਖਾਰੀ ਦੇ ਆਪਣੇ ਪੰਨੇ ਤੇ ਪਹੁੰਚ ਗਏ ਹਾਂ। ਇਸ ਪੰਨੇ ਤੇ ਉਸ ਲਿਖਾਰੀ ਬਾਰੇ ਜਾਣਕਾਰੀ ਅਤੇ ਉਹਨਾਂ ਦੀਆਂ ਜਿੰਨੀਆਂ ਵੀ ਰਚਨਾਵਾਂ ਪੰਜਾਬੀ ਮਾਂ ਦੇ ਵਿੱਚ ਪ੍ਰਕਾਸ਼ਿਤ ਹੋਈਆਂ ਹਨ ਉਹਨਾਂ ਦਾ ਤਤਕਰਾ ਤੁਹਾਡੇ ਸਾਹਮਣੇ ਪੇਸ਼ ਹੋ ਜਾਵੇਗਾ। ਤੁਸੀਂ ਕਿਸੇ ਵੀ ਰਚਨਾ ਤੇ ਕਲਿੱਕ ਕਰਕੇ ਉਹ ਰਚਨਾ ਦਾ ਆਨੰਦ ਮਾਣ ਸਕਦੇ ਹੋ। ਜਾਂ ਤੁਸੀਂ ਉਹ ਰਚਨਾ ਪੜ੍ਹ ਰਹੇ ਹੋਵੋਗੇ ਤਾਂ ਜੋ ਤਤਕਰਾ ਪਹਿਲਾਂ ਤੁਸੀਂ ਇਸ ਇਹਨਾਂ ਲਿਖਾਰੀ ਸਾਹਿਬਾਨ ਦਾ ਦੇਖਿਆ ਸੀ ਉਹ ਖੱਬੇ ਪਾਸੇ ਤੁਹਾਡੇ ਸਾਹਮਣੇ ਪੇਸ਼ ਹੋ ਜਾਵੇਗਾ। ਤੁਸੀਂ ਇਸ ਰਚਨਾ ਨੂੰ ਪੜ੍ਹਨ ਤੋਂ ਬਾਅਦ ਤੁਸੀਂ ਕਿਸੇ ਹੋਰ ਰਚਨਾ ਤੇ ਕਲਿੱਕ ਕਰ ਸਕਦੇ ਹੋ ਅਤੇ ਉਹ ਵਾਲੀ ਰਚਨਾ ਤੁਸੀਂ ਸੱਜੇ ਪਾਸੇ ਪੜ੍ਹ ਸਕਦੇ ਹੋ।
ਜਿਸ ਤਰ੍ਹਾਂ ਪਹਿਲਾਂ ਤੁਸੀਂ ਮੌਜੂਦਾ ਅੰਕ ਦੇ ਵਿੱਚ ਜਾਣਾ ਚਾਹੁੰਦੇ ਹੋ ਤਾਂ ਉੱਪਰ ਦਿੱਤੀ ਗਈ ਸੂਚਨਾ ਦੇ ਉੱਪਰ ਤੁਸੀਂ ਕਲਿੱਕ ਕਰ ਸਕਦੇ ਹੋ ਜਾਂ ਤੁਸੀਂ ਮੁੱਖ ਪੰਨੇ ਤੇ ਕਲਿੱਕ ਕਰ ਸਕਦੇ ਹੋ। ਇਸ ਦੇ ਨਾਲ ਮੈਂ ਇਹ ਵੀ ਦੱਸਣਾ ਚਾਹਾਂਗਾ ਕਿ ਜਦ ਤੁਸੀਂ ਕੋਈ ਵੀ ਰਚਨਾ ਪੜ੍ਹਦੇ ਹੋ, ਕੋਈ ਵੀ ਰਚਨਾ ਪੜ੍ਹਦੇ ਹੋ ਤਾਂ ਜਦ ਉੱਪਰ ਲਿਖਾਰੀ ਦੀ ਜਾਣਕਾਰੀ ਦਿੱਤੀ ਜਾਂਦੀ ਹੈ ਤਾਂ ਇੱਕ ਬਾਕਸ ਉਸ ਦੇ ਨੀਚੇ ਵੀ ਬਣਿਆ ਹੁੰਦਾ ਹੈ ਜਿਸ ਤੇ ਕਲਿੱਕ ਕਰਕੇ ਤੁਸੀਂ ਉਸ ਲਿਖਾਰੀ ਦੇ ਆਪਣੇ ਪ੍ਰੋਫਾਈਲ ਵਿੱਚ ਜੋ ਕਿ ਅਸੀਂ ਪਹਿਲਾਂ ਦੇਖਿਆ ਹੈ ਉਸ ਵਿੱਚ ਚਲੇ ਜਾਂਦੇ ਹੋ ਤੇ ਉੱਥੇ ਆ ਕੇ ਤੁਸੀਂ ਸਾਰੀਆਂ ਉਸ ਲਿਖਾਰੀ ਦੀਆਂ ਪੁਰਾਣੀਆਂ ਰਚਨਾਵਾਂ ਨੂੰ ਪੜ੍ਹ ਸਕਦੇ ਹੋ। ਤੇ ਇੱਕ ਜੋ ਅਸੀਂ ਨਵਾਂ ਉਪਰਾਲਾ ਇਸ ਵਾਰ ਤੋਂ ਕੀਤਾ ਹੈ ਸਾਹਿਤ ਸਭਾ। ਸਾਹਿਤ ਸਭਾਵਾਂ ਦੇ ਨਾਲ ਜੁੜਨ ਦਾ ਇਹ ਉਪਰਾਲਾ ਬੜੀ ਦੇਰ ਤੋਂ ਇਸ ਤੇ ਕੰਮ ਚੱਲ ਰਿਹਾ ਸੀ ਬਟ ਹੁਣ ਇਹ ਸਫਲ ਹੋ ਸਕਿਆ ਹੈ। ਰਚਨਾਕਾਰ ਤੇ ਜਾ ਕੇ ਤੁਸੀਂ ਸਾਹਿਤ ਸਭਾ ਤੇ ਕਲਿੱਕ ਕਰ ਸਕਦੇ ਹੋ ਤਾਂ ਇਸ ਦੇ ਨਾਲ ਜਿੰਨੀਆਂ ਵੀ ਸਾਹਿਤ ਸਭਾਵਾਂ ਸਾਡੇ ਸੰਪਰਕ ਦੇ ਵਿੱਚ ਹਨ ਜਾਂ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਨ੍ਹਾਂ ਨਾਲ ਸੰਪਰਕ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤੁਹਾਨੂੰ ਸਾਰੀਆਂ ਵਿਸ਼ਵ ਪੱਧਰ ਤੇ ਜਿੰਨੀਆਂ ਵੀ ਸਾਹਿਤ ਸਭਾਵਾਂ ਨੇ ਉਹਨਾਂ ਦੀ ਜਾਣਕਾਰੀ ਤੁਹਾਨੂੰ ਇਸ ਪੰਨੇ ਤੇ ਮਿਲ ਜਾਵੇਗੀ। ਕਿਸੇ ਵੀ ਸਾਹਿਤ ਸਭਾ ਦੀਆਂ ਸਰਗਰਮੀਆਂ ਜਾਂ ਤੁਸੀਂ ਉਸ ਸਾਹਿਤ ਸਭਾ ਬਾਰੇ ਜ਼ਿਆਦਾ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਇਸ ਪੰਨੇ ਤੇ ਆ ਕੇ ਤੁਸੀਂ ਉਸ ਸਾਹਿਤ ਸਭਾ ਦੇ ਨਾਮ ਦੇ ਉੱਪਰ ਕਲਿੱਕ ਕਰ ਸਕਦੇ ਹੋ। ਜਿਸ ਤਰ੍ਹਾਂ ਕਿ ਸਾਹਿਤ ਸਭਾ ਬਾਘਾ ਪੁਰਾਣਾ ਪੰਜਾਬ ਦੀਆਂ ਗਤੀਆਂ ਅਤੇ ਉਹਨਾਂ ਬਾਰੇ ਜ਼ਿਆਦਾ ਜਾਣਕਾਰੀ ਅਸੀਂ ਲੈਣੀ ਚਾਹੁੰਦੇ ਹਾਂ ਤਾਂ ਅਸੀਂ ਇੱਥੇ ਆ ਕੇ ਉਸ ਦੇ ਉੱਪਰ ਕਲਿੱਕ ਕਰਾਂਗੇ ਤਾਂ ਇੱਕ ਪੰਨਾ ਜੋ ਕਿ ਹਰ ਇੱਕ ਸਾਹਿਤ ਸਭਾ ਦਾ ਆਪਣਾ ਡੈਡੀਕੇਟਡ ਪੰਨਾ ਹੈ ਅਸੀਂ ਉੱਥੇ ਪਹੁੰਚ ਜਾਵਾਂਗੇ ਤਾਂ ਸਾਹਿਤ ਸਭਾ ਬਾਘਾ ਪੁਰਾਣਾ ਦਾ ਪੰਨਾ ਹੁਣ ਅਸੀਂ ਦੇਖ ਰਹੇ ਹਾਂ। ਇਸ ਬਾਰੇ ਜਾਣਕਾਰੀ ਇਹਨਾਂ ਦੇ ਪ੍ਰਧਾਨ ਜਨਰਲ ਸਕੱਤਰ ਅਤੇ ਜੋ ਵੀ ਇਹਨਾਂ ਦੀ ਜਾਣਕਾਰੀ ਹੈ ਅਸੀਂ ਇਸ ਪੰਨੇ ਤੇ ਲੈ ਸਕਦੇ ਹਾਂ। ਇਸ ਦੇ ਨਾਲ ਹੀ ਇਸ ਸਾਹਿਤ ਸਭਾ ਦੀਆਂ ਜੋ ਵੀ ਗਤੀਵਿਧੀਆਂ ਹਨ ਉਹ ਅਸੀਂ ਇਸ ਪੰਨੇ ਤੇ ਉਸਦਾ ਤਜ਼ਕਰਾ ਦੇਖ ਸਕਦੇ ਹਾਂ। ਜੇ ਤੁਸੀਂ ਇਸ ਸਾਹਿਤ ਸਭਾ ਨੂੰ ਕੋਈ ਕਮੈਂਟ ਦੇਣਾ ਚਾਹੁੰਦੇ ਹੋ ਜਾਂ ਉਹਨਾਂ ਦੇ ਨਾਲ ਕੋਈ ਗੱਲ ਕਰਨੀ ਚਾਹੁੰਦੇ ਹੋ ਤਾਂ ਨੀਚੇ ਫੇਸਬੁੱਕ ਤੇ ਤੁਸੀਂ ਆਪਣੇ ਕਮੈਂਟਸ ਵੀ ਦੇ ਸਕਦੇ ਹੋ ਤਾਂ ਇਹਨਾਂ ਦੀ ਗਤੀਵਿਧੀ ਪੜ੍ਹਨ ਦੇ ਲਈ ਅਸੀਂ ਇੱਥੇ ਕਲਿੱਕ ਕਰ ਸਕਦੇ ਹਾਂ ਅਤੇ ਇਹਨਾਂ ਦੀਆਂ ਜੋ ਰੀਸੈਂਟਲੀ ਗਤੀਵਿਧੀਆਂ ਹੋਈਆਂ ਹਨ ਉਹਨਾਂ ਨੂੰ ਅਸੀਂ ਇਸ ਪੰਨੇ ਤੇ ਆ ਕੇ ਪੜ੍ਹ ਸਕਦੇ ਹਾਂ। ਤੁਹਾਡਾ ਸਾਰਿਆਂ ਦਾ ਇਸ ਵੀਡੀਓ ਨੂੰ ਦੇਖਣ ਦੇ ਲਈ, ਆਪਣਾ ਸਮਾਂ ਕੱਢਣ ਦੇ ਲਈ ਬਹੁਤ ਬਹੁਤ ਧੰਨਵਾਦ। ਜੇ ਤੁਸੀਂ ਆਪਣੀ ਕੋਈ ਰਚਨਾ ਇਸ ਮੈਗਜ਼ੀਨ ਦੇ ਵਿੱਚ ਪਬਲਿਸ਼ ਹੋਣ ਦੇ ਲਈ ਸਾਨੂੰ ਭੇਜਣੀ ਚਾਹੁੰਦੇ ਹੋ ਤਾਂ info@punjabima.com ਤੇ ਸਾਨੂੰ ਤੁਸੀਂ ਈਮੇਲ ਕਰ ਸਕਦੇ ਹੋ, ਆਪਣੀ ਰਚਨਾ ਐਜ਼ ਐਨ ਅਟੈਚਮੈਂਟ ਭੇਜ ਸਕਦੇ ਹੋ ਜਾਂ ਤੁਸੀਂ ਈਮੇਲ ਦੇ ਵਿੱਚ ਹੀ ਲਿਖ ਸਕਦੇ ਹੋ। ਜੇ ਤੁਸੀਂ ਸਾਡੀ ਪੱਤਰਿਕਾ ਨੂੰ ਆਪਣੀ ਈਮੇਲ ਦੇ ਵਿੱਚ ਪੜ੍ਹਨਾ ਚਾਹੁੰਦੇ ਹੋ ਮਹੀਨਾਵਾਰ ਤਾਂ ਤੁਸੀਂ ਸਾਨੂੰ ਈਮੇਲ ਭੇਜ ਸਕਦੇ ਹੋ ਜਾਂ ਤੁਸੀਂ ਸਾਨੂੰ ਫੇਸਬੁੱਕ ਜਾਂ ਟਵਿੱਟਰ ਦੇ ਉੱਪਰ ਵੀ ਕਨੈਕਟ ਕਰ ਸਕਦੇ ਹੋ। ਇੱਕ ਵਾਰ ਫਿਰ ਸਾਰਿਆਂ ਦਾ ਵੀਡੀਓ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ। punjabima.com ਦੀ ਸੰਪਾਦਕੀ ਟੀਮ ਵੱਲੋਂ ਸਾਰੇ ਹੀ ਪਾਠਕਾਂ ਅਤੇ ਸਾਰੇ ਹੀ ਲਿਖਾਰੀਆਂ ਦਾ ਤਹਿ ਦਿਲੋਂ ਧੰਨਵਾਦ। ਸਤਿ ਸ੍ਰੀ ਅਕਾਲ, ਰੱਬ ਰੱਖ।